ਹੁਣ ਗੱਲ ਕਰਾਂਗੇ ਪਟਿਆਲਾ ਜ਼ਿਲ੍ਹੇ ਦੀ ਜਿੱਥੇ ਹਲਕਾ ਸਮਾਣਾ ਦੇ ਪਿੰਡ ਪਸਿਆਣਾ ਵਿਖੇ ਸਰਕਾਰ ਵੱਲੋਂ ਜਿਮ ਚੁੱਕੇ ਜਾਣ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਵੋਟਾਂ ਤੋਂ ਪਹਿਲਾਂ ਪਿੰਡ 'ਚ ਜਿਮ ਸਰਕਾਰ ਵੱਲੋਂ ਲਾਇਆ ਗਿਆ ਸੀ ਪਰ ਕੁਝ ਕਾਂਗਰਸੀ ਵਰਕਰਾਂ ਅਤੇ ਲੀਡਰ ਤੇ ਦਬਾਅ ਦੇ ਚੱਲਦੇ ਆ ਸਰਕਾਰ ਵੱਲੋਂ ਇੱਥੇ ਜਿਮ ਚੁੱਕਿਆ ਜਾ ਰਿਹਾ ਹੈ ਪਰ ਉਹ ਜਿਮ ਬੰਦ ਨਹੀਂ ਹੋਣ ਦੇਣਗੇ ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੀ ਉਤਰ ਆਈਆਂ ਨੇ ਉਹਨਾਂ ਨੇ ਕਿਹਾ ਕਿ ਜਿਮ ਅਸੀਂ ਪਿੰਡਾਂ ਵਿੱਚੋਂ ਚੁੱਕਣ ਨਹੀਂ ਦੇਵਾਂਗੇ ਇਹ ਤਸਵੀਰਾਂ ਤੁਸੀਂ ਸਮਾਨੋਂ ਤੋਂ ਵੇਖ ਸਕਦੇ ਹੋ ਆ 2 ਸਾਲ ਹੋ ਗਏ ਕੰਮ ਸਟਾਰਟ ਹੋਏ ਨੂੰ ਹਾਲ ਤੱਕ ਬਾਥਰੂਮ ਪੂਰੀ ਪੂਰਨੀ ਹੋਏ ਇਹਦੇ ਵਿੱਚ ਇੱਕ ਸਰਕਾਰ ਦਾ ਵੀ ਕੋਈ ਜ਼ਿਆਦਾ ਉਹ ਨਹੀਂ ਲੱਗਦਾ ਪੈਸਾ ਤਾਂ ਪਿੱਛੋਂ ਆਇਆ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਆ ਤੁਸੀਂ ਬਾਥਰੂਮ ਦੇਖ ਸਕਦੇ ਹੋ ਥੋੜਾ ਮੈਂ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਵੀ ਬਾਥਰੂਮ ਦਿਖਾਏ ਜਾਣ ਬਾਕੀ ਜਿਮ ਨੂੰ ਕਹਿੰਦੇ ਨੇ ਜੇ ਇਹ ਪ੍ਰੋਪਰਟੀ ਤਾਂ ਹੁਣ ਪਬਲਿਕ ਪ੍ਰੋਪਰਟੀ ਹੋ ਗਈ ਹੈ ਤਾਂ ਦੋ ਬਸ ਥੋੜਾ ਚੱਕਣ ਦਵਾਂਗੇ ਜੀ ਹੁਣ ਇਹ ਵੀ ਤਾਂ ਕਰ ਹੀ ਨੇ ਇੱਥੇ ਕਿਹੜਾ ਕਿਸੇ ਦੇ ਮਤਲਬ ਪਰਸਨਲ ਤੌਰ ਤੇ ਤਾਂ ਵਰਤਣਾ ਨਹੀਂ ਸਾਰੀ ਪਬਲਿਕ ਨੇ ਵਰਤਣਾ ਪਹਿਲਾਂ ਇਹ ਭਾਜੀ ਇੱਥੇ ਨਾ ਵੋਟਾਂ ਤੋਂ ਪਹਿਲਾਂ ਆਪਣੇ ਇੱਕ ਜਿਮ ਫਿੱਟ ਕਰਿਆ ਸੀ ਤੇ ਹੁਣ ਅੱਜ ਸਾਨੂੰ ਸੈਕਟਰੀ ਭੁਪਿੰਦਰ ਸਿੰਘ ਤੇ ਜਸਪ੍ਰੀਤ ਸਿੰਘ ਇਹ ਆਏ ਸੀ ਇਹ ਸਾਨੂੰ ਕਹਿੰਦੇ ਵੀ ਜਿਮ ਚੱਕਣਾ ਇੱਥੋਂ ਅਸੀਂ ਪੁੱਛਿਆ ਵੀ ਕੀ ਵਜ੍ਹਾ ਜਿਮ ਚੱਕਣ ਦੀ ਉਹ ਕਹਿੰਦੇ ਵੀ ਸਾਨੂੰ ਉੱਪਰੋਂ ਕਿਹਾ ਗਿਆ ਵੀ ਸਾਡੇ ਕੁਝ ਕਾਂਗਰਸੀ ਵਰਕਰ ਆ ਉਹਨਾਂ ਵੱਲੋਂ ਉਹਨਾਂ ਨੂੰ ਪ੍ਰੈਸ਼ਰ ਹੈ ਕਿ ਇਹ ਜਿੰਮ ਅਸੀਂ ਇੱਥੋਂ ਚੱਕਵਾਣਾ ਹੈ ਇਹਦਾ ਮਤਲਬ ਤਾਂ ਵੀ ਜੇ ਨਾ ਵੋਟਾਂ ਤੋਂ ਪਹਿਲਾਂ ਸਮਾਂ ਤੁਸੀਂ ਲੋਕਾਂ ਨਾਲ ਵਾਅਦਾ ਕਰ ਕਰਕੇ ਰੱਖ ਲਿਓ ਤੇ ਬਾਅਦ ਚ ਜੇ ਤੁਹਾਨੂੰ ਵੋਟਾਂ ਨਾ ਪੈਣ ਤੁਸੀਂ ਉਹ ਸਮਾਂ ਚੱਕਣਾ ਜੋ ਵਾਪਸ ਇਹ ਕਾਂਗਰਸੀ ਇੱਕ ਸਾਡੇ ਪਿੰਡ ਦੇ ਵੀ ਇੱਥੇ ਜਿਹੜੇ ਮੌਤਬਰ ਨੇ ਕੜਮ ਚੌਧਰੀ ਹੁੰਦੇ ਨੇ ਵੋਟਾਂ ਪਵਾਉਣ ਵਾਲੇ ਉਹਨਾਂ ਦੀ ਸਪੋਰਟ ਲੈ ਕੇ ਫੋਨ ਕਰਕੇ ਉਹ ਕਹਿੰਦੇ ਜੀ ਜਿੰਮ ਚਕਾਣੀ ਹੈ ਸਿਰਫ ਇੱਥੇ ਮਤਲਬ ਪਿੰਡ ਦੇ ਵਿੱਚ ਪਾਰਟੀਬਾਜੀ ਖੜੀ ਕਰਕੇ ਲੜਾਈ ਦੰਗਾ ਕਰਵਾਣਾ ਚਾਹੁੰਦੇ ਨੇ ਉਹੀ ਇਸੇ ਕੰਮ ਤੇ ਖੜੇ ਨੇ ਉਹਨਾਂ ਤੋਂ ਅੱਜ ਤੱਕ ਪਹਿਲਾਂ ਵੀ ਕਈ ਲੜਾਈਆਂ ਕਰਵਾਈਆਂ ਇਹਨਾਂ ਨੇ ਪਿੰਡ ਦੇ ਵਿੱਚ ਅਸੀਂ ਪਾਰਟੀਵਾਦੀ ਖਤਮ ਕਰਨੀ ਚਾਹੁੰਦਾ ਸਾਡੇ ਛੋਟੇ-ਛੋਟੇ ਬੱਚੇ ਨੇ ਜਿਹੜੇ ਅਸੀਂ ਇੱਥੇ ਜਿੰਮ ਕਰਦੇ ਨੇ ਨਸ਼ੇ ਤੋਂ ਰਹਿਤ ਰਹਿੰਦੇ ਨੇ ਕੱਲ ਨੂੰ ਕੋਈ ਨੌਕਰੀ ਲੱਗੂਗਾ ਪੜ੍ਹ ਲਿਖ ਕੇ ਵਧੀਆ ਕੰਮ ਕਰੂਗਾ ਕੋਈ ਤੇ ਹੁਣ ਸਾਨੂੰ ਉਹਨਾਂ ਨੇ ਇਹ ਧਮਕੀ ਦਿੱਤੀ ਸੀ ਵੀ ਅਸੀਂ ਪੁਲਿਸ ਲੈ ਕੇ ਵੀ ਇਹ ਜਿੰਮ ਚੱਕ ਕੇ ਲੈ ਕੇ ਜਾਵਾਂਗੇ ਅਸੀਂ ਜਥੇਬੰਦੀ ਤੇ ਸਾਡੇ ਪਿੰਡ ਦੇ ਹੋਰ ਬੰਦੇ ਸਾਰੇ ਜਿੰਨੇ ਵੀ ਹੈਗੇ ਨੇ ਅਸੀਂ ਇੱਥੇ ਇਕੱਠੇ ਹੋਏ ਪਿਆ ਵੀ ਪ੍ਰਸ਼ਾਸਨ ਲੈ ਕੇ ਆਓ ਤੁਸੀਂ ਜਿੰਮ ਚੱਕ ਕੇ ਲਗਾਓ ਅਸੀਂ ਨਹੀਂ ਚੱਕਣ ਦੇਣੇ